सर अब बॉक्स बुला लो ना कितने मदर बुला के हो। हां जी ले आओ पीछे बैग पे खड़ा लो बुला लो मैं बुला हाँ जी सर सर एक बॉक्स विजिबल इधर है। हाँ जी थैंक यू ड्रग्स भी है जी ये सर ये इलेक्शन करके हुआ है सर को इलेक्शन वास्ते फिर नहीं मिलना जी ਇਹ ਜੀ ਜਿਹੜੇ ਸਾਡੇ ਮਾਣਯੋਗ ਐਸ ਐਸ ਪੀ ਪਟਿਆਲਾ ਸ਼੍ਰੀ ਸੰਦੀਪ ਗਰਗ ਆਈ ਪੀ ਐੱਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਡੀ ਪੁਲਿਸ ਨੂੰ ਭਾਰੀ ਕਾਮਯਾਬੀ ਮਿਲੀ ਹੈਗੀ ਹੈ। ਇਹ ਸਾਡੇ ਡੀ ਐੱਸ ਪੀ ਰਾਜਪੁਰਾ ਹੈਗੇ ਨੇ ਗੁਰਵੰਤ ਸਿੰਘ ਬੈਂਸ, ਇਹਨਾਂ ਦੀ ਜਿਹੜੀ ਟੀਮ ਹੈਗੀ ਹੈ ਉਹ ਨਾਕਾ ਲਗਾ ਕੇ ਜਿੱਟੀ ਰੋਡ ਬੂਟਾ ਸਿੰਘ ਵਾਲਾ ਉੱਥੇ ਜਿਹੜੀ ਬੱਸਾਂ ਦੀ ਚੈਕਿੰਗ ਵਹੀਕਲਾਂ ਦੀ ਚੈਕਿੰਗ ਅਸੀਂ ਕਰ ਰਹੇ ਸੀਗੇ ਅਤੇ ਉੱਥੇ ਜਦੋਂ ਵਹੀਕਲਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਕੋਈ ਜਿਹੜਾ ਬੰਦਾ ਉੱਥੇ ਲਵਾਰਿਸ ਬੈਗ ਛੱਡ ਗਿਆ। ਜਦੋਂ ਲਵਾਰਿਸ ਬੈਗ ਮਿਲਿਆ ਤਾਂ ਉਹਦੇ ਵਿੱਚੋਂ ਜਿਹੜੇ 10 ਵੈਪਨ ਹੈਗੇ ਆ ਉਹ ਸਾਨੂੰ ਰਿਕਵਰ ਹੋਏ ਆ। ਉੱਥੇ ਜਿਹੜੀ ਇਹਨਾਂ ਦੀ ਟੀਮ ਸੀਗੀ ਉਹਨਾਂ ਵੱਲੋਂ ਕਾਫੀ ਕੋਸ਼ਿਸ਼ ਕੀਤੀ ਗਈ ਕਿ ਇਹ ਜਿਹੜਾ ਲਵਾਰਿਸ ਬੈਗ ਆ ਉਹਦਾ ਰਿਕਵਰ ਕਿੱਥੋਂ ਹੋਇਆ, ਕੌਣ ਛੱਡ ਕੇ ਗਿਆ, ਪਤਾ ਕੀਤਾ ਜਾਵੇ। ਬਟ ਮੌਕੇ 'ਤੇ ਪਤਾ ਨਹੀਂ ਲੱਗ ਸਕਿਆ। ਅਸੀਂ ਇਹਦਾ ਜਿਹੜਾ ਥਾਣਾ ਬਨੂੜ ਦੇ ਵਿੱਚ ਜਿਹੜਾ ਇਹਦਾ ਹੈਗਾ ਕੇਸ ਰਜਿਸਟਰ ਕਰ ਲਿਆ ਹੈਗਾ 11 ਨੰਬਰ 25 ਆਮ ਸੈਕਟ ਦੇ ਅੰਦਰ, ਅਤੇ ਇਸ ਦੀ ਅਸੀਂ ਅੱਗੇ ਤਫਤੀਸ਼ ਕਰ ਰਹੇ ਹੈਗੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਇਹ ਬੰਦਾ ਜਿਹੜਾ ਹੈਗਾ ਕਿੱਥੋਂ ਇਹ ਵੈਪਨ ਲਿਆਇਆ ਸੀ, ਅੱਗੇ ਨੇ ਕਿੱਥੇ ਦੇਣੇ ਸੀ। ਅਤੇ ਸਰ ਉਹ ਨਸ਼ੀ ਡਰੱਗਸ ਦੇ ਵਿੱਚ ਕੀ ਹੈਗਾ ਜੀ? ਇਹਦੇ ਵਿੱਚ ਦੂਸਰਾ ਕੇਸ ਸਾਡਾ ਇਹ ਹੈਗਾ ਜੀ, ਇਹ ਇੱਕ ਜਿਹੜਾ ਹੋਰ ਸਾਡੀ ਪੁਲਿਸ ਪਾਰਟੀ, ਇਹ ਵੀ ਜਿਹੜਾ ਰਾਜ ਡੀ ਐੱਸ ਪੀ ਰਾਜਪੁਰਾ ਦੀ ਪੁਲਿਸ ਪਾਰਟੀ ਸੀਗੀ, ਇਹ ਨੇੜੇ ਟੀ ਪੁਆਇੰਟ ਜਲਾਲਪੁਰ ਕੋਲ ਨਾਕਾ ਲਗਾਇਆ ਗਿਆ ਸੀਗਾ। ਉੱਥੇ ਨਾਕੇ ਦੌਰਾਨ ਇੱਕ ਚੈਕਿੰਗ ਹਿਮਾਂਸ਼ੂ ਚੋਪੜਾ ਪੁੱਤਰ ਚੰਦਰ ਮੋਹਨ ਚੋਪੜਾ ਇਹਨੂੰ ਕਾਬੂ ਕੀਤਾ ਗਿਆ ਅਤੇ ਇਹਦੇ ਪਿੱਠੂ ਬੈਗ ਦੇ ਵਿੱਚੋਂ 22,200 ਨਸ਼ੀਲੀਆਂ ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ। ਸਰ ਗੱਲ ਕਰੀਏ ਇਲੈਕਸ਼ਨ ਦਾ ਮਾਹੌਲ ਹੈਗਾ ਜੀ, ਵੈਪਨ ਦੀ ਗੱਲ ਕਰੀਏ ਤਾਂ ਲੱਗਦਾ ਤੁਹਾਨੂੰ ਕੁਛ ਇੱਦਾਂ ਸਾਹਮਣੇ ਆਇਆ ਜੀ ਵੀ ਇਲੈਕਸ਼ਨ ਦੇ ਵਿੱਚ ਯੂਜ਼ ਹੋਣੇ ਸੀ, ਮਾਹੌਲ ਖਰਾਬ ਕਰਨ ਵਾਲਾ? ਇਹ ਜੀ ਸਾਰਾ ਹਜੇ ਅਸੀਂ ਇਹਨੂੰ ਤਸਦੀਕ ਕਰਾਂਗੇ। ਇਹ ਕਿਉਂਕਿ ਜਿਹੜਾ ਬੰਦਾ ਸੀਗਾ ਉਹ ਵੀ ਜਿਹੜਾ ਇਹਨੂੰ ਛੱਡ ਕੇ ਭੱਜ ਗਿਆ, ਸਾਨੂੰ ਤਸਦੀਕ ਨਹੀਂ ਹੋਇਆ ਕਿਹੜਾ ਬੰਦਾ, ਉਹ ਬੰਦੇ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਰਾਊਂਡ ਅਪ ਕਰਾਂਗੇ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਪਤਾ ਲਗਾਇਆ ਜਾਵੇਗਾ ਕਿ ਇਹ ਜਿਹੜੇ ਵੈਪਨ ਹੈ ਕਿੱਥੇ ਯੂਜ਼ ਹੋਣੇ ਸੀ। ਸਰ ਵੈਪਨ ਕਿਹੜੇ ਕਿਹੜੇ ਹੈਗੇ ਕੁਆਲਿਟੀ ਜੀ ਗੱਲ ਕਰੀਏ ਜੀ? ਮੈਨੂੰ ਇਹ ਜਿਹੜੇ 9 ਵੈਪਨ ਹੈਗੇ ਆ ਪਿਸਟਲ 315 ਬੋਰ ਦੇ ਹੈਗੇ ਜੀ, ਇੱਕ ਜਿਹੜਾ ਪਿਸਟਲ ਹੈਗਾ ਉਹ 32 ਬੋਰ ਮੈਗਜ਼ੀਨ ਵਾਲਾ ਹੈਗਾ ਜੀ।
ਕਿੱਥੋਂ ਸਰ ਕੁਛ ਪਤਾ ਲੱਗਿਆ ਹਜੇ ਤੱਕ ਵੀ ਕਿੱਥੋਂ ਲੈ ਕੇ ਆਏ ਪੁੱਛ ਗਿੱਛ ਆਏ ਹੋਏ ਸਾਹਮਣੇ ਨਹੀਂ ਇਹ ਜਿਹੜਾ ਬੰਦਾ ਹੈਗਾ ਜੀ ਉਹ ਰਾਊਂਡ ਅਪ ਹੀ ਨਹੀਂ ਹੋਇਆ ਹੈਗਾ ਇਹ ਅਸੀਂ ਅਨਨੋਨ 'ਤੇ ਪਰਚਾ ਦਰਜ ਕੀਤਾ ਹੈਗਾ ਅਸੀਂ ਜਲਦੀ ਤੋਂ ਜਲਦੀ ਜਿਹੜਾ ਬੰਦਾ ਜਿਹੜਾ ਵੀ ਅਕਿਊਜ਼ ਨੂੰ ਰਾਊਂਡ ਅਪ ਕਰਕੇ ਪਤਾ ਲਗਾਵਾਂਗੇ ਕਿੱਥੋਂ ਲਿਆਇਆ ਸੀਗਾ ਹਾਂ ਗੱਲ ਕਰੀਏ ਸਰ ਇਲੈਕਸ਼ਨ ਦਾ ਜਿਵੇਂ ਮਾਹੌਲ ਚੱਲ ਰਿਹਾ ਅਤੇ ਪੁਲਿਸ ਵੱਲੋਂ ਕਿੱਦਾਂ ਦੀ ਸਖਤੀ ਹੈ ਜਿਹੜੀ ਆਪਣੇ ਇਲਾਕੇ ਦੇ ਵਿੱਚ ਵਰਤੀ ਜਾ ਰਹੀ ਬਿਲਕੁਲ ਜੀ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਜਿਹੜੇ ਸਾਡੇ ਕਾਫੀ ਜਗ੍ਹਾ 'ਤੇ ਸਾਡੇ ਪਟਿਆਲੇ ਦੇ ਵਿੱਚ ਅਸੀਂ ਨਾਕੇ ਲਗਾਏ ਹੈਗੇ ਆ ਜਿਹੜੀ ਫੋਰਸ ਬਾਹਰੋਂ ਵੀ ਸਾਨੂੰ ਮਿਲੀ ਹੈ ਅਤੇ ਸਾਡੇ ਜਿਹੜੇ ਪਟਿਆਲਾ ਦੀ ਫੋਰਸ ਆ ਉਹ ਦਿਨ ਰਾਤ ਨਾਕਿਆਂ ਦੇ ਥਰੂ ਚੈਕਿੰਗ ਕਰ ਰਹੀ ਹੈਗੀ ਹੈ ਕਾਫੀ ਸਾਡੀ ਰਿਕਵਰੀ ਤੁਸੀਂ ਦੇਖ ਲਓ ਰਿਕਵਰੀ ਵੀ ਹੋ ਰਹੀ ਹੈ ਅਤੇ ਸਾਡੇ ਵੱਲੋਂ ਪੂਰੀ ਸਖਤੀ ਕੀਤੀ ਜਾ ਰਹੀ ਹੈ ਅਤੇ ਮੈਂ ਇਹੀ ਸਭ ਨੂੰ ਜਿਹੜੇ ਵੀ ਗਲਤ ਆਂਸਰ ਹੈਗੇ ਉਹਨਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਜਿਹੜਾ ਇਲੈਕਸ਼ਨ ਟਾਈਮ ਹੈ ਉਹ ਅਸੀਂ ਪੀਸਫੁਲੀ ਕੱਢਣਾ ਹੈਗਾ ਅਤੇ ਕੋਈ ਵੀ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਸਰ ਵੈਪਨ ਨੂੰ ਕਿਤੇ ਨਾ ਕਿਤੇ ਜੋੜਿਆ ਜਾ ਸਕਦਾ ਇਲੈਕਸ਼ਨ ਦੇ ਨਾਲ ਜੀ ਇਹਨਾਂ ਨੂੰ ਜਿਵੇਂ ਰਿਕਵਰੀ ਇਹ ਜੀ ਕਿਉਂਕਿ ਹਜੇ ਤੱਕ ਇਹ ਕੋਈ ਸਾਨੂੰ ਰਾਊਂਡ ਅਪ ਨਹੀਂ ਹੋਇਆ ਕੋਈ ਸਾਡੇ ਕੋਲ ਫੜਿਆ ਨਹੀਂ ਗਿਆ ਇਹ ਕਹਿਣਾ ਮੁਸ਼ਕਿਲ ਹੈ ਪਰ ਜਦੋਂ ਵੀ ਰਾਊਂਡ ਅਪ ਹੁੰਦਾ ਹੈਗਾ ਅਸੀਂ ਨਾਲ ਦੀ ਨਾਲ ਤੁਹਾਨੂੰ ਇਹਦਾ ਕਲੀਅਰ ਕਰ ਦਾਂਗੇ ਜੀ ਇਹ ਹਰ ਕਿਸੇ ਗੱਡੀ ਗੁੱਡੀ ਦੇ ਵਿੱਚ ਸੀਗੇ ਜਾਂ ਇਹ ਬੈਗ ਦੇ ਵਿੱਚ ਸੀਗੇ ਜੀ ਜਿੱਥੇ ਨਾਕਾ ਲਗਾ ਕੇ ਚੈਕਿੰਗ ਹੋ ਰਹੀ ਸੀ ਉਹਦੇ ਨਾਲ ਇੱਕ ਲਵਾਰਿਸ ਬੈਗ ਮਿਲਿਆ ਉਸ ਬੈਗ ਦੇ ਵਿੱਚ ਉਹ ਮਿਲਿਆ ਟੋਟਲ ਕਿੰਨੇ ਵੈਪਨ ਨੇ ਸਰ ਇਹ ਟੋਟਲ 10 ਵੈਪਨ ਹੈਗੇ ਜੀ 10 ਵੈਪਨ ਹੈਗੇ ਟੋਟਲ